ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨੇ ਜੋ ਚੋਣਾਂ ਦੇ ਵਿੱਚ ਛੋਟੇ ਕਿਸਾਨ ਦੀ ਮਦਦ ਕਰਨ ਦਾ, ਕਿਸਾਨਾਂ ਨੂੰ ਤਾਕਤ ਦੇਣ ਦਾ ਜੋ ਵਾਅਦਾ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ ਕੀਤਾ ਸੀ, ਲਗਾਤਾਰ ਪਿਛਲੇ ਇੱਕ ਸਾਲ ਤੋਂ ਹੱਕ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਕੋਆਪਰੇਟਿਵ ਡਿਪਾਰਟਮੈਂਟ ਦੇ ਤਹਿਤ ਸਮੇਂ ਸਮੇਂ ਦੇ ਉੱਪਰ 2.5 ਏਕੜ ਤੱਕ ਦੀ ਜ਼ਮੀਨ ਵਾਲੇ ਕਿਸਾਨ ਜਿਹਦਾ ਕਰਜ਼ਾ 2 ਲੱਖ ਰੁਪਏ ਤੱਕ ਸੀ, ਉਸ ਦੀ ਮਾਫ਼ੀ ਦਾ ਪ੍ਰੋਗਰਾਮ ਲਗਾਤਾਰ ਪੰਜਾਬ ਵਿੱਚ ਚੱਲ ਰਿਹਾ। ਅੱਜ ਸੰਗਰੂਰ ਵਿਧਾਨ ਸਭਾ ਹਲਕੇ ਦੇ ਨਾਲ ਸੰਬੰਧਿਤ ਛੋਟੇ ਕਿਸਾਨ ਦਾ ਜੋ ਕਰਜ਼ਾ ਮਾਫ਼ ਹੋਇਆ, ਹੁਣ ਤੱਕ 7628 ਕਿਸਾਨ ਵੀਰਾਂ ਦਾ ਕਰਜ਼ਾ ਮਾਫ਼ ਹੋ ਚੁੱਕਿਆ 35 ਕਰੋੜ ਰੁਪਏ ਦੀ ਲਾਗਤ ਦੇ ਨਾਲ। ਔਰ ਸਾਰੇ ਇਹ ਕਿਸਾਨ ਵੀਰਾਂ ਦੀਆਂ ਜਿਹੜੀਆਂ ਕਾਪੀਆਂ ਜਿਨ੍ਹਾਂ 'ਚ ਇਹ ਲੋਨ ਚੜ੍ਹਿਆ, ਉਹ ਲੋਨ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਰਿਆਂ ਦੀਆਂ ਕਾਪੀਆਂ 'ਚੋਂ ਉੱਤਰ ਵੀ ਜਾਊਗਾ। ਇੱਕੋ ਹੀ ਸੋਚ ਹੈ ਕਿ ਲਗਾਤਾਰ ਛੋਟੇ ਕਿਸਾਨ ਨੂੰ ਮਦਦ ਹੋ ਸਕੇ ਔਰ ਜਿਹੜਾ ਛੋਟਾ ਕਿਸਾਨ ਖੁਦਕੁਸ਼ੀਆਂ ਦੇ ਰਾਹ 'ਤੇ ਚੱਲ ਰਿਹਾ ਸੀ ਉਸ ਨੂੰ ਰੋਕਿਆ ਜਾ ਸਕੇ। ਇਹ ਇੱਕੋ ਹੀ ਕਾਂਗਰਸ ਪਾਰਟੀ ਦੀ ਸਰਕਾਰ ਦੀ ਸੋਚ ਹੈ। ਪਿੱਛੇ ਬੈਕਫਿਨਕੋ ਨੇ ਜਿਹੜਾ ਕਰਜ਼ਾ ਗਰੀਬ ਲੋਕਾਂ ਨੂੰ ਐਸੀ ਪਰਿਵਾਰਾਂ ਨੂੰ ਦਿੱਤਾ ਸੀ, ਉਸ ਦੀ ਵੀ ਮਾਫ਼ੀ ਕੀਤੀ ਹੈ ਕੈਪਟਨ ਸਾਹਿਬ ਦੀ ਸਰਕਾਰ ਨੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਗਰੀਬ ਲੋਕਾਂ ਨੇ 25-25 ਹਜ਼ਾਰ ਦਾ ਲੋਨ ਲਿੱਤਾ ਹੋਇਆ, ਉਸ ਦੇ ਉੱਪਰ ਵੀ ਸਰਕਾਰ ਵਿਚਾਰ ਕਰ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਉਸ ਐਸੀ ਪਰਿਵਾਰਾਂ ਦਾ ਵੀ ਔਰ ਗਰੀਬ ਲੋਕਾਂ ਨੇ ਜਿਹੜਾ 25 ਹਜ਼ਾਰ ਤੱਕ ਦਾ ਲੋਨ ਲਿੱਤਾ ਹੋਇਆ, ਜਿਹਦੀ ਟੋਟਲ ਰਾਸ਼ੀ ਮੇਰੇ ਹਿਸਾਬ ਨਾਲ ਸਮੁੱਚੇ ਪੰਜਾਬ ਦੇ ਵਿੱਚ ਅੰਦਾਜ਼ਾ 300 ਕਰੋੜ ਰੁਪਏ ਬਣਦੀ ਹੈ, ਉਸ ਦੇ ਉੱਪਰ ਵੀ ਸਰਕਾਰ ਜ਼ੋਰਦਾਰ ਤਰੀਕੇ ਨਾਲ ਸੋਚ ਰਹੀ ਹੈ। ਔਰ ਇਹ ਮੁਹਿੰਮ ਆਉਣ ਵਾਲੇ ਸਮੇਂ 'ਚ ਲਗਾਤਾਰ ਚੱਲਦੀ ਰਹੂਗੀ। ਛੋਟੇ ਕਿਸਾਨ ਤੋਂ ਬਾਅਦ ਸੂਬੇ ਦੀ ਆਰਥਿਕ ਸਥਿਤੀ ਮਜ਼ਬੂਤ ਹੋਣ ਤੋਂ ਬਾਅਦ ਵੱਡੇ ਕਿਸਾਨ, ਵੱਡੀ ਪੈਲੀਆਂ ਵਾਲੇ ਕਿਸਾਨ, ਵੱਡੇ ਏਕੜਾਂ ਵਾਲੇ ਕਿਸਾਨਾਂ ਦੇ ਜਿਹੜਾ ਕਿਸਾਨ ਦਾ ਕਰਜ਼ਾ ਉਸ ਨੂੰ ਮਾਫ਼ ਕਰਨ ਵਾਸਤੇ ਵੀ ਸਰਕਾਰ ਉਪਰਾਲਾ ਕਰ ਰਹੀ ਹੈ। ਜਿਸ ਤਰ੍ਹਾਂ ਸਰਕਾਰ ਦੀ ਆਰਥਿਕ ਮਜ਼ਬੂਤੀ ਹੁੰਦੀ ਰਹੂਗੀ, ਉਸ ਤਰੀਕੇ ਨਾਲ ਇਹ ਕਰਜ਼ਾ ਮਾਫ਼ੀ ਦਾ ਪ੍ਰੋਗਰਾਮ ਅੱਗੇ ਚੱਲਦਾ ਰਹੂਗਾ। ਅਵਤਾਰ ਸਿੰਘ ਹੈ ਜੀ, ਮੇਰਾ ਪਿੰਡ ਗੰਗਾ ਸਿੰਘ ਵਾਲਾ ਹੈ। ਕਿੰਨੀ ਜ਼ਮੀਨ ਹੈ ਤੁਹਾਡੀ? ਜ਼ਮੀਨ ਮੇਰੇ ਲਵੇ ਜੀ 1.5 ਏਕੜ ਹੈ। ਅੱਛਾ ਜੀ, ਅੱਜ ਕਿੰਨਾ ਕੀ ਹੈ ਕਰਜ਼ਾ ਮਾਫ਼ ਕਰੇਗਾ, ਕਿਹੜੇ ਬੈਂਕ ਦਾ ਕਰੇਗਾ? ਇਹ ਜਿਹੜਾ ਕਰਜ਼ਾ ਮਾਫ਼ ਕਰਿਆ ਮੇਰਾ ਕੋਆਪਰੇਟਿਵ ਸੁਸਾਇਟੀ ਦਾ ਕਰਿਆ, ਜੋ ਕੈਪਟਨ ਵੱਲੋਂ ਵੋਟਾਂ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕਰਿਆ ਸੀ ਉਹ ਅੱਜ ਨਿਭਾਇਆ। ਅਸੀਂ ਬਹੁਤ ਖੁਸ਼ ਹਾਂ, ਸਾਰੇ ਗਰੀਬ ਕਿਸਾਨਾਂ ਦੇ ਜਿਹੜੇ 5 ਏਕੜ ਤੋਂ ਥੱਲੇ ਨੇ, ਸਾਰੇ ਕਿਸਾਨਾਂ ਦੇ ਕਰਜ਼ੇ ਮਾਫ਼ ਹੋ ਰਹੇ ਨੇ, ਸਾਨੂੰ ਬਹੁਤ ਖੁਸ਼ੀ ਹੈ। ਜਿਵੇਂ ਸਰਕਾਰ ਆਪਣੇ ਵਾਅਦੇ ਨਿਭਾਉਂਦੀ ਆ ਰਹੀ ਹੈ, ਉਸੇ ਤਰ੍ਹਾਂ ਅਸੀਂ ਸਰਕਾਰ ਦਾ ਅੱਗੇ ਵੀ ਪੂਰਾ ਸਾਥ ਦਿੰਦੇ ਰਹਾਂਗੇ, ਤਾਂ ਕਿ ਸਾਡੇ ਨਾਲ ਜਿਵੇਂ ਸਾਡੇ ਹਲਕੇ ਦੇ ਵਿਧਾਇਕ ਵਿਜੇਂਦਰ ਸਿੰਗਲਾ ਜੀ ਪਿੰਡ ਪਿੰਡ ਜਾ ਕੇ ਆਪਣੇ ਕਿਸਾਨ ਭਰਾਵਾਂ ਨੂੰ ਕਰਜ਼ੇ ਦੇ ਜਿਹੜੇ ਚੈੱਕ ਨੇ ਉਹ ਦੇ ਰਹੇ ਨੇ, ਸਾਨੂੰ ਬਹੁਤ ਖੁਸ਼ੀ ਹੈ। ਹੋਰ ਵੀ ਵਿਕਾਸ ਕਾਰਜ ਕਰ ਰਹੇ ਨੇ। ਕਿੰਨਾ ਲੋਨ ਸੀ ਤੁਹਾਡਾ ਜੀ? ਮੇਰਾ 60 ਹਜ਼ਾਰ ਰੁਪਏ ਦਾ ਲੋਨ ਸੀ, ਸਾਰੇ ਦਾ ਸਾਰਾ ਉਹ ਮਾਫ਼ ਹੋ ਗਿਆ।